ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ। ਪਿਆਰੇ ਦਰਸ਼ਕੋ, ਪੰਜਾਬ ਦੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦਿੱਲੀ ਜੰਤਰ ਮੰਤਰ ਧਰਨੇ ਦੀ ਤਿਆਰੀ 'ਚ ਜੁਟੀ। ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇ ਕੀਤਾ ਵਿਸਤਾਰ ਸ਼ੁਰੂ। ਪੂਰੇ ਪੰਜਾਬ ਵਿੱਚ ਸਾਬਕਾ ਸੈਨਿਕਾਂ ਨੂੰ ਜੋੜਦੇ ਹੋਏ ਵੱਖ ਵੱਖ ਥਾਵਾਂ 'ਤੇ ਮੀਟਿੰਗ ਕੀਤੀ। ਅੱਜ 5/12/2022 ਨੂੰ ਤਰਨ ਤਾਰਨ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਬਹੁਤ ਸਾਰੇ ਸਾਬਕਾ ਸੈਨਿਕਾਂ ਨੇ ਹਿੱਸਾ ਲਿਆ। ਨੈਸ਼ਨਲ ਪ੍ਰਧਾਨ ਸਰਦਾਰ ਪ੍ਰਗਟ ਸਿੰਘ, ਪੰਜਾਬ ਪ੍ਰਧਾਨ SP ਗੋਸ਼ਲ ਅਤੇ ਹੋਰ ਅਹੁਦੇਦਾਰਾਂ ਨੇ ਸੰਬੋਧਨ ਕੀਤਾ। ਅਗਲੀ ਰਣਨੀਤੀ ਦਿੱਲੀ ਦੇ ਜੰਤਰ ਮੰਤਰ ਅਤੇ ਪੂਰੇ ਦੇਸ਼ ਦੇ ਸਾਬਕਾ ਸੈਨਿਕ ਦੀਆਂ ਮੰਗਾਂ ਨੂੰ ਧਰਨਾ ਦੇਣਗੇ। ਆਓ ਸੁਣਦੇ ਹਾਂ ਸੰਘਰਸ਼ ਕਮੇਟੀ ਦੇ ਵਿਚਾਰ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਅਸੀਂ ਇੱਥੇ ਸਰਦਾਰ ਕਰਤਾਰ ਸਿੰਘ ਨੂੰ ਸ਼ਰਧਾਂਜਲੀ ਦੇਣ ਆਏ ਹਾਂ, ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਕਿ ਉਹਨਾਂ ਨੇ ਜਿਹੜਾ ਪਿਛਲੇ ਸਮੇਂ ਜਿਹੜਾ ਆਰੋਪੀ ਹੋਈ ਸੀ ਉਹਦੇ ਵਿੱਚ ਜਿਹੜਾ ਸੰਘਰਸ਼ ਕੀਤਾ ਔਰ ਸਾਨੂੰ ਜਿਹੜਾ ਉਹਨਾਂ ਨੇ ਹੱਕ ਦਵਾਇਆ, ਅਤੇ ਅੱਜ ਅਸੀਂ ਤੀਸਰੀ ਬਰਸੀ 'ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ। ਔਰ ਉਹਦੇ ਨਾਲ ਹੀ ਜਿਹੜਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇ ਸਾਨੂੰ ਅੱਜ ਜ਼ਿੰਮੇਵਾਰੀ ਦਿੱਤੀ ਆ ਔਰ ਸਾਡਾ ਮਾਣ ਸਨਮਾਨ ਕੀਤਾ, ਇਹਦੇ ਵਾਸਤੇ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦਾ ਜਿਹੜਾ ਤਹਿ ਦਿਲੋਂ ਧੰਨਵਾਦੀ ਹੁੰਦੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਇੰਡੀਆ ਦੇ ਵਿੱਚ ਜਿਹੜਾ ਯੂਥ ਸਾਡਾ ਸਾਬਕਾ ਸੈਨਿਕਾਂ ਦਾ ਜੋੜ ਕੇ, ਅਤੇ ਜਿਹੜਾ ਸੰਘਰਸ਼ ਜੋ ਵੀ ਸਾਨੂੰ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਆਦੇਸ਼ ਹੋਣਗੇ ਉਹਨਾਂ ਦੀ ਅਸੀਂ ਪਾਲਣਾ ਕਰਾਂਗੇ ਔਰ ਚੜ੍ਹਦੀ ਕਲਾ ਦੇ ਵਿੱਚ ਆਪਦੇ ਮੋਰਚੇ ਨੂੰ ਫਤਿਹ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਸਰ, ਅੱਜ ਜੋ ਸਾਬਕਾ ਸੈਨਿਕਾਂ ਦੀਆਂ ਜੋ ਮੀਟਿੰਗ ਹੋਈ ਆ ਤੁਹਾਡੀ, ਇਹਦਾ ਮੀਟਿੰਗ ਦਾ ਮਕਸਦ ਕੀ ਹੈ? ਹਾਂਜੀ ਜੀ, ਅੱਜ ਜਿਹੜੀ ਰਸੂਲਪੁਰ ਨਹਿਰਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਮੀਟਿੰਗ ਹੋਈ ਆ, ਸਭ ਤੋਂ ਪਹਿਲੇ ਤਾਂ ਸਾਡਾ ਇਹਦਾ ਉਦੇਸ਼ ਇਕੱਠੇ ਹੋਣ ਦਾ ਕਿ ਸਾਡੇ ਨਾਇਕ ਕਰਤਾਰ ਸਿੰਘ ਜਿਹੜੇ ਕਿ 15 ਦੇ ਵਿੱਚ ਜਿਨ੍ਹਾਂ ਨੇ ਜਿਹੜੇ 4 ਜਵਾਨਾਂ ਨੇ ਉੱਥੇ ਜੰਤਰ ਮੰਤਰ ਅਤੇ ਭੁੱਖ ਹੜਤਾਲ 'ਤੇ ਬੈਠੇ, ਕਿ ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ 1 ਰੈਂਕ 1 ਪੈਸਾ ਥੋੜ੍ਹਾ ਬਹੁਤਾ ਜਿਹੜੀ ਮਿਲੀ ਹੈ, ਨਹੀਂ ਤਾਂ 300 ਤੋਂ 700 ਰੁਪਈਆ ਤੱਕ ਹੀ ਵਧਣੀ ਸੀ। ਜਿਵੇਂ ਕਿ ਸਾਡਾ ਜਨਰਲ ਸੈਕਟਰੀ ਨਾਇਕ ਹਰਪਾਲ ਨੇ ਇੱਕ ਵੀਡੀਓ ਵਾਇਰਲ ਕੀਤੀ ਆ ਕਿ ਜਿਹੜੀ RTI ਪਾ ਕੇ ਜਵਾਬ ਮੰਗਿਆ ਡਿਫੈਂਸ ਮਿਨਿਸਟਰੀ, ਉੱਤੇ ਉਹਨਾਂ ਨੇ ਜਵਾਬ ਦਿੱਤਾ ਕਿ 300 ਤੋਂ 700 ਤੋਂ ਵੱਧ ਰਹੀ ਹੈ। ਤਦ ਫਿਰ ਇਹ ਜਿਹੜੇ 4 ਜਵਾਨ ਜਿਹੜੇ ਉੱਥੇ ਭੁੱਖ ਹੜਤਾਲ 'ਤੇ ਬੈਠੇ ਸੀਗੇ, ਹੋਰ ਵੀ ਬਾਕੀ ਪੂਰੇ ਦੇਸ਼ ਦੇ ਸਾਬਕਾ ਸੈਨਿਕਾਂ ਨੂੰ ਉਸ ਟਾਈਮ ਸਾਥ ਦਿੱਤਾ, ਪਰ ਉਹਨਾਂ ਨੇ ਦਿੱਤਾ ਜਿੰਨਾ ਕਿ ਅਸੀਂ ਅਫਸਰਾਂ ਦਾ ਸਾਥ ਦਿੱਤਾ। ਜੇ ਉਸ ਟਾਈਮ ਹੀ ਅਸੀਂ ਇਹਨਾਂ ਜਵਾਨਾਂ ਦਾ ਸਾਥ ਦਿੱਤਾ ਹੁੰਦਾ, ਤਾਂ ਅੱਜ ਜਿਹੜਾ ਕੋਈ ਹਾਲਾਤ ਜਿਹੜੀ ORP ਜਿੱਦਾਂ ਅਫਸਰ ਲੈ ਗਏ ਆ, ਅਤੇ ਉਹ ਸਾਡੇ ਜਿਹੜੇ ਜਵਾਨਾਂ ਦਾ ਹੱਕੀ ਅਤੇ ਸਾਨੂੰ ਹੱਕ ਆਪਣਾ ਮਿਲ ਜਾਣਾ ਸੀਗਾ। ਰਹੀ ਗੱਲ ਅੱਜ ਦਾ ਜਿਹੜਾ ਏਜੰਡਾ ਸੀ, ਉਹ ਨਾਇਕ ਕਰਤਾਰ ਸਿੰਘ ਜਿਨ੍ਹਾਂ ਦੀ ਅੱਜ ਤੀਜੀ ਬਰਸੀ ਆ, ਉਹਨਾਂ ਦੀ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅਸੀਂ ਪੂਰੇ ਪੰਜਾਬ ਦੇ ਜਿਹੜੀਆਂ ਵੀ ਸਾਬਕਾ ਸੈਨਿਕ ਜਥੇਬੰਦੀ ਦੇ ਅਹੁਦੇਦਾਰ ਪਹੁੰਚੇ ਆ, ਅਤੇ ਨਾਲ ਦੀ ਨਾਲ ਗੇਟਮੈਨ ਯੂਨੀਅਨ ਜਿਹੜੀ ਰੇਲਵੇ ਗੇਟਮੈਨ ਯੂਨੀਅਨ ਉਹ ਵੀ ਪਹੁੰਚੀ ਆ, ਅਤੇ ਅਸੀਂ ਅੱਜ ਸ਼ਰਧਾ ਦੇ ਫੁੱਲ ਭੇਂਟ ਕੀਤੇ ਆਪਣੇ ਨਾਇਕ ਜਗਤਾਰ ਆਪਣਾ ਕਰਤਾਰ ਸਿੰਘ ਨੂੰ, ਜਿਹੜੇ ਕਿ ਮੁੱਢਲੇ ਜਿਹੜੇ ਯੋਧੇ ਸੀਗੇ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੰਘਰਸ਼ ਕਮੇਟੀ ਦੀ, ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਣ ਆਏ ਹਾਂ ਉਹਨਾਂ ਦੀ ਅੱਜ ਤੀਸਰੀ ਬਰਸੀ ਦੇ ਉੱਤੇ, ਅਤੇ ਨਾਲ ਦੀ ਨਾਲ ਉਹਦੇ ਉਪਰੰਤ ਜਿਹੜੀ ਅਸੀਂ ਮੀਟਿੰਗ ਕੀਤੀ ਆ, ਅਤੇ ਅਸੀਂ ਜਿਹੜੀ ਰੇਲਵੇ ਗੇਟਮੈਨ ਯੂਨੀਅਨ ਆ ਉਹਨੇ ਸਾਡੇ ਸੰਘਰਸ਼ ਕਮੇਟੀ ਦੇ ਵਿੱਚ ਰਲੇਵਾਂ ਕੀਤਾ, ਅਤੇ ਅਸੀਂ ਅੱਜ ਪੰਜਾਬ ਦੀ ਅਤੇ ਇੰਡੀਆ ਲੈਵਲ ਦੀ ਜਿਹੜੀ ਇੱਕ ਕਮੇਟੀਆਂ ਬਣਾਈਆਂ ਨੇ। ਸਭ ਤੋਂ ਪਹਿਲੇ ਕਿ ਜਿਹੜੇ ਸਾਡੇ ਜਿਹੜੇ ਰੇਲਵੇ ਗੇਟਮੈਨ ਯੂਨੀਅਨ ਦੇ ਪੰਜਾਬ ਪ੍ਰਧਾਨ ਸੀਗੇ, ਉਹਨਾਂ ਨੂੰ ਜਿਹੜਾ ਵਾ ਯੂਥ ਵਿੰਗ ਦਾ ਆਲ ਇੰਡੀਆ ਦਾ ਪ੍ਰਧਾਨ ਥਾਪਿਆ ਗਿਆ, ਅਤੇ ਉਹਨਾਂ ਦੇ ਨਾਲ ਜਿਹੜੇ ਹੌਲਦਾਰ ਅੰਗਰੇਜ਼ ਸਿੰਘ ਹੈ ਉਹਨਾਂ ਨੂੰ ਆਲ ਇੰਡੀਆ ਲੈਵਲ ਦਾ ਜਿਹੜਾ ਮੀਡੀਆ ਇੰਚਾਰਜ ਬਣਾਇਆ ਗਿਆ, ਅਤੇ ਬਾਕੀ ਹੋਰ ਵੀ ਜਿਹੜਾ ਜ਼ਿਲ੍ਹੇ ਵਾਈਜ਼ ਅਸੀਂ ਟੀਮਾਂ ਬਣਾਈਆਂ ਨੇ, ਜ਼ਿਲ੍ਹਾ ਪ੍ਰਧਾਨ ਬਣਾਏ ਆ, ਬਲਾਕ ਪ੍ਰਧਾਨ ਬਣਾਏ ਆ। ਅਜੇ ਇਹ ਸਾਡਾ ਪਹਿਲਾ ਸਟੈਪ ਹੈ, ਅਗਲਾ ਸਟੈਪ ਜਿਹੜਾ ਅਸੀਂ ਦੂਸਰੇ ਜਿਹੜੇ ਜ਼ਿਲ੍ਹੇ ਰਹਿ ਗਏ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਆਪਣੀਆਂ ਕਮੇਟੀਆਂ ਬਣਾਉਣੀਆਂ ਨੇ, ਅਤੇ ਅਸੀਂ ਮੈਂ ਇਹ ਨੌਜਵਾਨ ਸਾਡੇ ਨਾਲ ਜੁੜੇ ਆ, ਅਸੀਂ ਇਹਨਾਂ ਦਾ ਵੈਲਕਮ ਕਰਦੇ ਹਾਂ ਕਿ ਨੌਜਵਾਨਾਂ ਨੂੰ ਹੀ ਅੱਗੇ ਲਿਆਉਣਾ ਵਾ, ਸਾਨੂੰ ਅਹੁਦਿਆਂ ਦੀ ਭੁੱਖ ਨਹੀਂ ਹੈ, ਅਸੀਂ ਕੇਵਲ ਅਤੇ ਕੇਵਲ ਨੌਜਵਾਨਾਂ ਨੂੰ ਅੱਗੇ ਲਿਆ ਕੇ ਅਤੇ ਨੌਜਵਾਨਾਂ ਨੂੰ ਜਿਹੜੀ ਹੈ ਵਾਗਡੋਰ ਸੰਭਾਲਣੀ ਆ, ਅਤੇ ਅਸੀਂ ਪਿੱਛੇ ਉਹਨਾਂ ਨੂੰ ਸਪੋਰਟ ਕਰਨੀ ਆ, ਐਡਵਾਈਜ਼ ਕਰਨੀ ਹੈ। ਅਤੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਿੰਨਿਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਨੇ ਉਹ ਆਪਣਾ ਤਨੋ ਮਨੋ ਧਨੋ ਜਿਹੜਾ ਵਾ ਸੰਘਰਸ਼ ਕਮੇਟੀ ਦਾ ਸਾਥ ਦੇਣ, ਅਤੇ ਅੱਗੇ ਯੂਥ ਨੂੰ ਜੋੜਨ, ਸਾਬਕਾ ਸੈਨਿਕਾਂ ਜੋੜਨ, ਜਾ ਕੇ ਜੋ ਅਸੀਂ 14 ਨਵੰਬਰ ਨੂੰ ਦਿੱਲੀ ਜਿਹੜਾ ਧਰਨਾ ਦੇ ਕੇ ਆਏ ਹਾਂ, ਇੱਕ ਸਰਕਾਰ ਨੂੰ ਚੇਤਾਵਨੀ ਦੇ ਕੇ ਆਏ ਹਾਂ ਕਿ ਅਸੀਂ ਜਿਹੜਾ ਜਨਵਰੀ 'ਚ ਦੁਬਾਰਾ ਆਲ ਇੰਡੀਆ ਲੈਵਲ ਦਾ ਜਿਹੜਾ ਵਾ ਕੰਟੀਨਿਊ ਜਿਹੜੀ ਅਰਲੇ ਹੰਗਰ ਸਟੈਕ ਸ਼ੁਰੂ ਕਰਨੀ ਹੈ ਜੰਤਰ ਮੰਤਰ 'ਤੇ, ਉਹਦੇ ਵਾਸਤੇ ਮੈਂ ਜਿੰਨੇ ਵੀ ਅਹੁਦੇਦਾਰ ਨਵੇਂ ਅਹੁਦੇਦਾਰ ਬਣੇ ਆ ਜਾਂ ਜਿਹੜੇ ਪੁਰਾਣੇ ਵੀ ਆ ਉਹਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਣੇ ਨਾਲ ਜਿਹੜੇ ਸਾਬਕਾ ਸੈਨਿਕਾਂ ਨੂੰ ਜੋੜੋ, ਤਾਂ ਕਿ ਅਸੀਂ ਜਨਵਰੀ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਸ਼ੁਰੂ ਕਰਨਾ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਸ਼ਮੂਲੀਅਤ ਕਰੀਏ, ਅਤੇ ਪੂਰੇ ਦੇਸ਼ ਦੀਆਂ ਜਿਹੜੀਆਂ ਯੂਨੀਅਨ ਹੈ
जेसीओ जवान यूनियन है, भावें सबका सैनिक यूनियन है या दूसरिया कोई भी जेसीओ जवान यूनियन है, उन्होंने भी असं सदा दें कि असी जनवरी का प्रोग्राम फिर दोबारा अगली मीटिंग लीकांगे तो प्रोग्राम पूरे देश के दस दिता जाएगा। तो वह जरा असी धरना प्रदर्शन करना है वह अपनी हकी मंगा वास्ते, जिमें कि अं 14 नवंबर में अं सरकार मैंबर दे के आ गए हैं, उन्होंने मंगा के उत्ते असी अपने हकी मंगा वास्ते धरना प्रदर्शन करना है। तो असी फिर मैं दोबारा जेडे नवे अहदेदार है जेडे जिला प्रधान बनाए हैं, ब्लाक प्रधान बनाए हैं, साडे आल इंडिया के यूथ विंग के प्रधान बने हैं, इन्हों मैं बेनती करदा कि वध तो वध जिहड़ा वा अपना सख्त मेहनत करके आप यूथ नाल जोड़िए। इन बेनती वाहेगुरू जी का खालसा वाहेगुरू। बहुत बहुत मेहरबानी सर, थैंक।